ਅਸਲਾਮ ਵਾਲੇਕੁਮ ਵਿਊਵਰ, ਮੈਂ ਹਾਂ ਯਾਸਰ ਸੰਧੂ। ਤੁਸੀਂ ਵੇਖ ਰਹੇ ਹੋ ਟੈਕਟਰ ਦੂਰ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ। ਮੈਂ ਅੱਜ ਮੌਜੂਦ ਹਾਂ ਸਹੀ ਜ਼ਰਾਈ ਇੰਡਸਟਰੀ ਉਕਾੜਾ 'ਤੇ। ਮੇਰੇ ਨਾਲ ਭਾਈ ਜ਼ੈਨ ਸਾਹਿਬ ਨੇ, ਓਨਰ ਨੇ ਸਹੀ ਜ਼ਰਾਈ ਇੰਡਸਟਰੀ ਦੇ। ਦੋਸਤੋ, ਮੈਂ ਇੱਕ ਤੁਹਾਨੂੰ ਚੀਜ਼ ਦੱਸਦਾ ਚਾਹਾਂ। ਪਹਿਲੇ ਪਾਕਿਸਤਾਨ ਦੇ ਵਿੱਚ ਜਿੰਨੀਆਂ ਵੀ ਜ਼ਰਾਈ ਔਜ਼ਾਰ, ਚੰਗੇ ਔਜ਼ਾਰ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ, ਇੰਡਸਟਰੀਆਂ ਨੇ, ਉਹਨਾਂ ਦੇ ਅਸੀਂ ਬੜਾ ਸ਼ੁਕਰੀਆ ਅਦਾ ਕਰਦੇ ਹਾਂ, ਚੰਗਾ ਕੰਮ ਕਰਨ ਵਾਲੇ ਬੰਦਿਆਂ ਦਾ। ਅਤੇ ਉਸ ਤੋਂ ਬਾਅਦ ਮੈਂ ਦੱਸਦਾ ਚਾਹਾਂ ਕਿ ਪੰਜਾਬ ਦੇ ਵਿੱਚ ਉਕਾੜੇ ਦਾ ਇੱਕ ਬਹੁਤ ਵੱਡਾ ਨਾਮ ਆ। ਉਕਾੜਾ ਇੱਕ ਬਹੁਤ ਵੱਡੀ ਮਾਰਕੀਟ ਆ ਜ਼ਰਾਈ ਔਜ਼ਾਰ ਬਣਾਉਣ ਵਾਲੀ। ਇਹਦੇ ਵਿੱਚ ਚੀਤਾ ਜਿਹੜੀਆਂ ਨੇ, ਚੰਦ ਇੱਕ ਇੰਡਸਟਰੀਆਂ ਬਹੁਤ ਪੁਰਾਣੀਆਂ ਨੇ, ਜਿਹਦੇ ਵਿੱਚ ਸਹੀ ਜ਼ਰਾਈ ਇੰਡਸਟਰੀ ਕਰੀਬ ਸਭ ਤੋਂ ਪੁਰਾਣੀ ਪਹਿਲੇ ਦਾ ਕੰਮ ਕਰਨ ਵਾਲੀ ਇੰਡਸਟਰੀ ਆ। ਮੈਂ ਪੁੱਛਾਂਗਾ ਕਿ ਵੀ ਇਹ ਕਦੋਂ ਦਾ ਕੰਮ ਕਰ ਰਹੇ ਨੇ ਸਹੀ ਜ਼ਰਾਈ ਇੰਡਸਟਰੀ ਦਾ ਉਕਾੜੇ। ਤਾਂ ਤੁਸੀਂ ਅਕਸਰ ਉਕਾਦ ਵੀਡੀਓ ਵੀ ਇਹਨਾਂ ਦੀ ਦੇਖਦੇ ਰਹਿੰਦੇ ਹਾਂ, ਇਹਨਾਂ ਦੇ ਚੈਨਲ ਦੇ ਉੱਤੇ ਵੀ ਮੈਂ ਕੋਸ਼ਿਸ਼ ਕਰਾਂਗਾ, ਮੈਂ ਲਿੰਕ ਵੀ ਲਗਾ ਦਿਆਂਗਾ। ਇਹਨਾਂ ਕੋਲੋਂ ਤਕਰੀਬਨ ਜਿਹੜੇ ਮੌਜੂਦਾ ਇਸ ਵਕਤ ਆ ਸੀਜ਼ਨ, ਜ਼ੈਨ ਸਾਹਿਬ ਤੁਹਾਡਾ ਇਹ ਪਲਾਂਟਰ ਦਾ ਚੱਲ ਰਿਹਾ ਜੀ? ਪਲਾਂਟਰ ਦਾ, ਆਲੂ ਦੀ ਵੀ ਚਾਹੀਦਾ। ਇਸ ਤੋਂ ਪਿੱਛੇ ਤੁਸੀਂ ਰੂਟਾਵੇਟਰ ਧੜਾ ਧੜ ਕੱਢੀ ਜਾਂਦੇ ਸੀ? ਬੇਤਹਾਸ਼ਾ ਸਰ, ਸਾਰਾ ਸਾਲ ਰੂਟਾਵੇਟਰ ਨੂੰ ਲਾਇਆ। ਇਹ ਸਾਰੀਆਂ ਚੀਜ਼ਾਂ ਪੁੱਛਣ ਤੋਂ ਪਹਿਲੇ ਜ਼ੈਨ ਸਾਹਿਬ ਇੱਕ ਸਵਾਲ ਦਾ ਜਵਾਬ ਦਿਓ ਵੀ ਤੁਸੀਂ ਸੀਜ਼ਨ ਟੂ ਸੀਜ਼ਨ ਕਿਉਂ ਕੰਮ ਕਰਦੇ ਆ? ਹਰ ਬੰਦਾ ਔਜ਼ਾਰ ਬਣਾ ਕੇ ਸਾਈਡ ਤੇ ਰੱਖ ਕੇ ਬੈਠਾ ਹੈ, ਤੁਸੀਂ ਹੁਣ ਅਗਰ ਇਹ ਬਣਾ ਰਹੇ ਹੋ ਤਾਂ ਤੁਸੀਂ ਇਹ ਬਣਾਉਣੀਆਂ ਨੇ? ਸਰ, ਸਾਡਾ ਤਰੀਕਾਕਾਰ ਇਹਦਾ ਮਤਲਬ ਹੈ ਕਿ ਅਸੀਂ ਆਪਣੀ ਕੁਆਲਿਟੀ 'ਚ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ। ਅੱਛਾ, ਸੀਜ਼ਨ ਬਾਅਦ ਸੀਜ਼ਨ ਦਾ ਇਹ ਹੁੰਦਾ ਕਿ ਯਾਨੀ ਕਿ ਦੇਖੋ ਨਾ, ਜਿਸ ਆਲੂ ਆਪਣਾ ਹੁੰਦਾ 1-5 ਹੈ, ਹਰ ਸਾਲ ਨਵਾਂ ਮਾਡਲ ਆ ਜਾਂਦਾ ਵਾ, ਹਰ ਸਾਲ ਨਵਾਂ। ਇਸੇ ਤਰ੍ਹਾਂ ਕੋਈ ਵੀ ਔਜ਼ਾਰ ਨਾ, ਸਾਡਾ ਪਲਾਂਟਰ ਹੋ ਗਿਆ ਜਾਂ ਰੂਟਾਵੇਟਰ ਹੋ ਗਿਆ, ਅਸੀਂ ਹਰ ਸਾਲ ਡਿਫਰੈਂਟ ਕਰ ਦੇਣਾ ਵਾ, ਸਾਡਾ ਇਹ ਜ਼ੇਨ ਹੁੰਦਾ। ਫਿਰ ਅਸੀਂ ਸੀਜ਼ਨ ਟੂ ਸੀਜ਼ਨ ਇਸ ਵਾਸਤੇ ਕੰਮ ਕਰਦੇ ਹਾਂ ਤਾਂ ਕਿ ਕੋਈ ਮਸਲਾ ਬਣੇ। 1-5 ਤਾਂ ਸਿਰਫ ਸਟicker ਬਦਲਦਾ, ਤੁਸੀਂ ਤਾਂ ਨਹੀਂ ਬਦਲਦੇ? ਨਾ 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 ਨਾ, ਦੇਖੋ ਨਾ, ਸਾਡੇ ਕੋਲ ਜਿੰਨੀ ਸਾਨੂੰ ਦਿੱਤੀ ਹੋਈ ਨਾ ਫੈਸਿਲਿਟੀਜ਼, ਆਪਣੀ ਜਿਹੜੀ ਮਸਨੂਈ ਫੈਸਿਲਿਟੀਜ਼ ਆਪਣੇ ਤੌਰ 'ਤੇ ਅਸੀਂ ਜਿੰਨਾ ਕੁ ਕਰ ਸਕਦੇ ਹਾਂ ਅਸੀਂ ਚੇਂਜ ਕਰਦੇ ਰਹਿੰਦੇ ਹਾਂ। ਹਰ ਸਾਲ ਕੋਈ ਨਾ ਕੋਈ ਕਿਸਾਨ ਭਾਈ ਦੇਖੋ ਨਾ ਕਿੰਨੇ ਪੈਸੇ ਭਰਦਾ ਵਾ, ਉਹ ਭਰ ਕੇ ਉਹਨੂੰ ਪੈਸੇ ਭਰ ਕੇ ਵੀ ਅੱਛੀ ਚੀਜ਼ ਨਾ ਮਿਲੇ ਤਾਂ ਫਾਇਦਾ ਕੋਈ ਨਹੀਂ ਹੈ। ਇਸ ਵਾਸਤੇ ਅਸੀਂ, ਸਾਡੀ ਕੋਸ਼ਿਸ਼ ਇਹੀ ਹੁੰਦੀ ਕਿ ਹਰ ਸੀਜ਼ਨ ਕੋਈ ਨਾ ਕੋਈ ਡਿਫਰੈਂਟ, ਕੋਈ ਬੈਨੀਫਿਟ ਹੋਵੇ ਕਸਟਮਰ ਨੂੰ ਪੈਸੇ ਭਰਨ ਦਾ। ਐਂ ਨਹੀਂ ਕਿ ਅਸੀਂ ਸਾਡੇ ਪੈਸੇ ਕਮਾ ਕੇ ਰੱਖੀ ਜਾਈਏ, ਫਿਰ ਸਾਡੀ ਚੇਂਜਿੰਗ ਕਰਨ ਦਾ ਫਾਇਦਾ ਇੰਨਾ ਬੈਨੀਫਿਟ ਬਾਕੀ ਦੁਕਾਨਦਾਰ ਵੀ ਦੇਖ ਕੇ ਕਰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਯਾਰ ਕੰਪੀਟੀਸ਼ਨ ਹੈ ਵਾ, ਸਾਨੂੰ ਵੀ ਕੁਛ ਕਰਨਾ ਪੈਣਾ। ਨਹੀਂ ਤਾਂ ਕੁਛ ਐਸਾ ਸਾਲ ਸੀ ਕਿ 10-10 ਸਾਲ ਇੱਕ ਹੀ ਸ਼ੈ ਪਾਉਂਦੀਆਂ ਸੀ ਮਾਰਕੀਟਾਂ 'ਚ, 15-15 ਸਾਲ। ਹੁਣ ਛਾਪਿਆਂ ਤੋਂ ਨਾ, ਛਾਪਿਆਂ ਤੋਂ ਸਟਿੱਕਰ ਲਾਉਣ ਲੱਗ ਗਏ ਨੇ, ਚਲੋ ਬਿਹਤਰ ਕਰਨ ਲੱਗ ਗਏ ਨੇ, ਬਿਹਤਰ। ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਇਸ ਵਾਸਤੇ ਚੇਂਜਿੰਗ ਜ਼ਰੂਰੀ ਹੈ ਸਾਡੀ। ਜ਼ੈਨ ਬਾਈ, ਸਹੀ ਜ਼ਰਾਈ ਇੰਡਸਟਰੀ ਉਕਾੜੇ ਵਾਲਿਆਂ ਦਾ ਪਲੰਟਰ ਬਹੁਤ ਮਸ਼ਹੂਰ ਆ ਸਾਡੇ ਇਲਾਕੇ 'ਚ, ਬਹੁਤ ਵੱਡੇ ਲੈਵਲ 'ਤੇ, ਜ਼ਿਲ੍ਹਾ ਵਿਹਾੜੀ ਔਰ ਦੀਪਾਲਪੁਰ ਇਸ ਏਰੀਏ ਦੇ ਵਿੱਚ ਬੜਾ ਪਸੰਦ ਕੀਤਾ ਜਾਂਦਾ ਸਾਹੀਵਾਲ 'ਚ। ਜੀ ਜੀ, ਆਪਣੇ ਪਲੰਟਰ ਦੇ ਬਾਰੇ ਕੁਛ ਸਾਨੂੰ ਦੱਸੋ, ਕਿਆ ਤੁਸੀਂ ਇਸ ਹੁਣ ਕੋਈ ਨਵੀਂ ਤਬਦੀਲੀਆਂ ਕੋਈ ਚੀਜ਼ ਕੀਤੀ ਇਹਦੇ ਅੰਦਰ? ਬਿਲਕੁਲ ਕੀਤੀ ਹੈ, ਸਾਡਾ ਇਹ ਪਲੰਟਰ ਤੁਹਾਡੇ ਸਾਹਮਣੇ ਪਿਆ ਵਾ, ਇੱਕ ਤਾਂ ਤੁਸੀਂ ਦੇਖ ਸਕਦੇ ਹੋ ਇਹਦੀ ਕਪੈਸਿਟੀ ਅਸੀਂ ਬੜੀ ਕੀਤੀ, ਉਸੇ ਸਾਈਜ਼ ਦੇ ਵਿੱਚ ਅਸੀਂ ਕਪੈਸਿਟੀ ਬੜੀ ਕੀਤੀ। ਪਹਿਲੇ ਨਾ ਸਾਡਾ ਪਲੰਟਰ ਹੁੰਦਾ ਸੀ ਇਸ ਤਰ੍ਹਾਂ ਤਿਰਛਾ, ਇਸ ਤਰ੍ਹਾਂ ਹੁੰਦਾ ਸੀ ਤਿਰਛਾ, ਠੀਕ ਹੈ। ਹੁਣ ਅਸੀਂ ਇਹਨੂੰ ਥੋੜ੍ਹਾ ਜਿਹਾ ਥੱਲੋਂ ਵਾਈਡ ਕਰਕੇ ਐਕਸਟਰਾ, ਯਾਨੀ ਕਿ ਅਗਰ 5 ਏਕੜ ਦਾ ਪਲਾਟ ਨਾ, ਪਹਿਲੇ 4 ਬੋਰੀਆਂ ਪੈਂਦੀਆਂ ਸੀ, ਹੁਣ 6.5 ਬੋਰੀਆਂ ਪੈਂਦੀਆਂ ਵਾ, ਇਹਦੀ ਕਪੈਸਿਟੀ ਅਸੀਂ ਵਧਾਈ ਹੈ। ਉਸ ਤੋਂ ਬਾਅਦ ਸਾਡੇ ਪਰਿਆਂ ਦੇ ਵਿੱਚ ਅਕਸਰ ਜ਼ਿਮੀਦਾਰ ਹਜ਼ਰਾਤਾਂ ਦਾ, ਯਾਨੀ ਕਿ ਉਹਨਾਂ ਨੂੰ ਪਤਾ ਹੋਣਾ, ਮਸਲਾ ਆਉਂਦਾ ਸੀ ਕਿ ਉੱਤਰੀ ਸਾਈਡ ਤੋਂ ਮਿੱਟੀ ਘਿਰਦੀ ਸੀ, ਅਸੀਂ ਇਹ ਪੱਟੀਆਂ ਇਜ਼ਾਫੀ ਲਾਈਆਂ ਵਾ ਤਾਂ ਕਿ ਜਿਹੜੀ ਮਿੱਟੀ ਹੈ ਨਾ ਜੀ, ਉਹ ਖੇਲ ਦੇ ਉੱਤੇ ਡਿੱਗੇ ਬਜਾਏ ਕਿ ਖੇਲ ਪਾਣੀ ਵਾਲੀ ਜਗ੍ਹਾ 'ਤੇ ਜਾਵੇ। ਇਸ ਵਾਸਤੇ ਇਹ ਅਸੀਂ ਚੇਂਜਿੰਗ ਕੀਤੀ ਆ। ਫਿਰ ਅਸੀਂ ਅਗਲੀ ਸਾਈਡ 'ਤੇ ਸਾਡਾ ਜਿਹੜਾ ਟੱਪ ਹੈ, ਇਹਦੇ 'ਚ ਐਡਜਸਟ ਲਾਈ ਹੈ ਕਿ ਅਗਰ ਤੁਸੀਂ ਬਰੀਕ ਗੋਲੀ ਖੇਡਣੀ ਆ, ਇਹਨੂੰ ਕਲੋਜ਼ ਕਰ ਲਓ, ਅਗਰ ਰਾਸ਼ਨ ਸਾਈਜ਼ ਖੇਡਣਾ ਇਹਨੂੰ ਬਾਹਰ ਕਰ ਲਓ। ਅਜੇ ਵੀ ਕਈ ਇੰਡਸਟਰੀਆਂ ਬਣਾ ਰਹੀਆਂ ਫਿਕਸ ਟਾਪਾ ਲੱਗਿਆ ਹੁੰਦਾ ਵਾ, ਉਹਦੇ 'ਚ ਜਦੋਂ ਗੋਲੀ ਆਉਂਦੀ ਤਾਂ 4-4 ਗੋਲੀਆਂ ਇਕੱਠੀਆਂ ਖੇਡਦੀਆਂ ਵਾ, ਫਿਰ ਨਾਗੇ ਵੀ ਹੁੰਦੇ, 4-4 ਆਲੂ ਇਕੱਠੇ ਡਿੱਗਦੇ ਨੇ, ਜਿੰਨਾ ਨੁਕਸਾਨ ਹੁੰਦਾ ਵਾ। ਇਨਸ਼ਾਅੱਲਾ
ਫਿਰ ਅਗਲੀ ਸਾਈਡ ਤੁਸੀਂ ਜਾਲੀ ਲਾਈ ਹੈ ਤਾਂ ਕਿ ਡਰਾਈਵਰ ਨੂੰ ਆਸਾਨੀ ਨਾਲ ਪਤਾ ਚੱਲੇ ਕਿ ਯਾਰ ਮੇਰਾ ਪੱਟਾ ਸਲਿਪ ਤਾਂ ਨਹੀਂ ਮਾਰ ਰਿਹਾ, ਵੀਲ ਰੁਕਿਆ ਤਾਂ ਨਹੀਂ ਹੋਇਆ। ਇਹ ਚੀਜ਼ਾਂ ਨਿੱਕੀਆਂ ਨਿੱਕੀਆਂ ਜਿਹੜੀਆਂ ਸਾਨੂੰ ਮਹਿਸੂਸ ਹੁੰਦਾ ਸੀ ਕਿ ਕਰਨੀਆਂ ਚਾਹੀਦੀਆਂ, ਉਹ ਅਸੀਂ ਇਨਸ਼ਾਅੱਲਾ ਹਰ ਸਾਲ ਕਰਦੇ ਰਹਿੰਦੇ। ਐਤਕੀ ਅਸੀਂ ਜਿਹੜੀ ਜਿੰਨੀ ਕੀਤੀ ਹੈ ਉਹ ਪੱਟੀਆਂ ਲਾਈਆਂ, ਜਿਹੜੀ ਜਿੰਨੇ ਜ਼ਿੰਮੇਦਾਰ ਨੇ ਬਹੁਤ ਸਰਾਹਾ, ਅਤੇ ਜਿਹੜੇ ਪਲਾਂਟਰ ਸਾਡੇ ਪੁਰਾਣੇ ਚੱਲਦੇ ਪਏ ਉਹ ਲੋਕ ਵੀ ਸਾਡੇ ਕੋਲ ਲੈ ਕੇ ਜਾ ਰਹੇ ਨੇ ਪੱਟੀਆਂ, ਤਾਂ ਕਿ ਉਹ ਦੇਖ ਕੇ ਫਿਰ ਲਵਾ ਰਹੇ ਨੇ, ਤਾਂ ਕਿ ਬੈਨੀਫਿਟ ਨਾ ਹੀ ਹੋਣ। ਗੁੱਡ, ਓਕੇ। ਅੱਛਾ ਜ਼ੈਨ ਭਾਈ, ਇਹਦਾ ਤਕਰੀਬਨ ਮੌਜੂਦਾ ਰੇਟ ਕੀ ਚੱਲ ਰਿਹਾ ਇਸ ਟਾਈਮ? ਸਰ ਦੋ ਦੋ ਖੇਲਾਂ ਵਾਲਾ ਪਲਾਂਟਰ, ਤਿੰਨ ਪਰਿਆਂ ਵਾਲਾ ਸਪਰੇਅ ਵਾਲੀ ਟੈਂਕੀ ਲਾ ਕੇ 465,000 ਰੁਪਏ ਦਾ ਅਸੀਂ ਦੇ ਰਹੇ ਹਾਂ। ਅੱਛਾ ਜੀ, ਹਾਂਜੀ। ਇੱਕ ਪਲਾਂਟਰ ਹੁੰਦਾ, ਇੱਕ ਬਹੁਤ ਬੜਾ ਪਲਾਂਟਰ ਤੁਸੀਂ ਬਣਾਉਂਦੇ? ਇੱਕ ਪਲਾਂਟਰ ਹੁੰਦਾ ਵਾ 5 ਪਰਿਆਂ ਵਾਲਾ, 4x4 ਵਾਸਤੇ। ਹਾਂਜੀ, ਉਹ ਤਕਰੀਬਨ 9,25,000 ਰੁਪਏ ਦਾ ਪਲਾਂਟਰ ਹੈ ਉਹ, ਯਾਨੀ ਕਿ ਇੱਕ ਟਾਈਮ ਤੇ 4 ਖੇਲਾ ਮੁਕੰਮਲ ਕਰਦਾ ਹੈ। ਗੁੱਡ ਹੋ ਗਿਆ। ਅੱਛਾ ਜ਼ੈਨ ਭਾਈ, ਇਸ ਵਕਤ ਮੌਜੂਦਾ ਵਰਕਸ਼ਾਪ ਦੇ ਵਿੱਚ ਰੂਟਾਵੈਟਰ ਜਿਹੜੇ ਨੇ ਉਹ ਇੱਕ ਹੀ ਸਾਨੂੰ ਨਜ਼ਰ ਆਇਆ, ਪਿੱਛੇ ਵੀ ਪਏ ਨੇ ਵੈਸੇ ਤਾਂ 3-4। ਇਹ ਬਹੁਤ ਬੜਾ ਰੂਟਰ ਹੈ, ਕੀ ਸਾਈਜ਼ ਦਾ ਹੈ? ਇਹ 90 ਫਾਲ ਦਾ ਰੂਟਾਵੈਟਰ ਜੀ। ਇਹ ਸਾਡੇ ਉਕਾੜੇ ਦੇ ਸਾਡੇ MNA ਸਾਹਿਬ ਆਏ ਨੇ ਜੀ, ਰਾਜਾ ਲਖਜਾ ਸਾਹਿਬ, ਉਹਨਾਂ ਦੇ 2 ਰੂਟਾਵੈਟਰ ਪਏ ਨੇ, ਇਹਨਾਂ ਦੇ 2 ਪਲਾਂਟਰ ਵੀ ਜਾਣੇ ਆ ਵੱਡੇ। ਅੱਛਾ ਜੀ, ਇਹ 85 ਵਾਂਗਰ ਚੱਲਣੇ ਆ, ਆਲੂ ਦਾ ਰਕਬਾ ਤਿਆਰ ਕਰਨਾ ਇਹਨਾਂ ਨੇ ਬੇਤਹਾਸ਼ਾ। ਅੱਛਾ, 90 ਕਟਰ ਨੇ ਜੀ ਜੀ। 90 ਵਰਕਿੰਗ ਏਰੀਆ ਕੀ ਹੁੰਦਾ ਭਾਈ ਜ਼ੈਨ? ਕਿਸ ਤਰ੍ਹਾਂ ਇਹਦਾ ਵਰਕਿੰਗ ਏਰੀਆ ਕੀ ਹੈ? ਸਰ ਇਹ 12 ਫੁੱਟ ਚੌੜਾਈ ਹੈ ਇਹਦੀ। ਅੱਛਾ, 12 ਫੁੱਟ ਚੌੜਾਈ ਹੈ, ਅਤੇ ਇਹਨੂੰ ਯਾਨੀ ਕਿ ਉਹਨਾਂ ਦੇ ਡੇਰੇ ਦੇ ਲਾਗੇ ਰਕਬੇ ਪਲਾ ਇਹਨੇ ਵਾਸਤੇ ਇਸ ਚੱਲਦੇ ਨਾ ਜੀ, ਜੋ ਸਾਹਿਬ 90 ਫਾਲਾ ਚਲਾਉਣ ਵਾਸਤੇ ਤੁਹਾਡੇ ਕੋਲ ਘੱਟ ਤੋਂ ਘੱਟ ਪਲਾਟ 10 ਏਕੜ 15 ਏਕੜ ਦੇ ਪਲਾਟ ਹੋਣ। ਹਾਂ ਹਾਂ, ਜਾਂ 90 ਦੀਆਂ ਲੈਣਾ ਹੋਵੇ ਇੱਕ ਸਾਈਡ ਤੋਂ ਪਾਵਾ, ਦੂਜੀ ਸਾਈਡ ਤੇ ਜਾ ਕੇ ਇਹ ਨਿਬੇੜਾ ਹੁੰਦਾ ਫਿਰ। ਇਹ ਅਸਲ ਕਿੱਲੇ ਕਿੱਲੇ ਵਾਲੇ ਕੰਮ ਵਾਲਾ? ਨਹੀਂ, ਇਹਨੇ ਕਿੱਲਿਆਂ ਦਾ ਨਹੀਂ ਚੱਲਣਾ, ਇਹਦੇ ਤਕਰੀਬਨ 9 ਤੋਂ 10 ਮਸੇ ਆਉਂਦੇ ਹੋਣੇ। ਹਾਂਜੀ, ਤੇ ਫਿਰ ਇਹਨੇ ਕੈਰਿਜ ਤੇ ਵੀ ਨਹੀਂ ਚੱਲਣਾ ਕਿਉਂਕਿ ਗਲੀਆਂ ਮਹੱਲਿਆਂ ਤੋਂ ਇਹਨੇ ਲਗਨ ਲੱਗੇ ਮਸਲਾ ਬਣਨਾ। ਇਹ ਤੇ ਉਹਨਾਂ ਵਾਸਤੇ ਜਿਹਨਾਂ ਦੇ ਡੇਰਾ ਵਾ, ਡੇਰਾ ਦੇ ਨਾਲ ਹੀ ਰਕਬਾ ਵਾ, ਤਕਰੀਬਨ 2-15-20 ਮਰੱਬੇ ਜਾਂ 2-4 ਮਰੱਬੇ ਤੇ ਨਾਲ ਹੀ ਡੇਰੇ ਦੇ ਵਿੱਚ ਸ਼ਾਮਿਲ ਹੋ ਜਾਂਦਾ ਉਹਨਾਂ ਵਾਸਤੇ। ਜ਼ੈਨ ਭਾਈ, 48 ਕਟਰ ਦਾ ਮੌਜੂਦਾ ਰੇਟ ਤਕਰੀਬਨ ਕੀ ਹੈ ਤੁਹਾਡਾ? ਸਰ 48 ਫਾਲਾ ਅਸੀਂ 2025 ਮਾਡਲ ਬਣਾਉਣਾ ਇਨਸ਼ਾਅੱਲਾ, ਉਹਦੇ 'ਚ ਬਹੁਤ ਪਿਆਰੀ ਚੇਂਜਿੰਗ ਆ ਰਹੇ ਇਨਸ਼ਾਅੱਲਾ, ਕਿਉਂਕਿ ਕੰਪੀਟੀਸ਼ਨ ਦਾ ਦੌਰ ਆ ਅਤੇ ਜ਼ਿੰਮੇਦਾਰ ਨੂੰ ਬੈਨੀਫਿਟ ਹੋਣਾ ਚਾਹੀਦਾ ਵਾ, ਉਹ ਅਸੀਂ ਇਨਸ਼ਾਅੱਲਾ ਉਹਦੇ ਪ੍ਰਾਈਸ ਸ਼ਾਇਦ ਇਹੀ ਹੋਣਗੇ, ਮੈਂ ਤੁਹਾਨੂੰ ਦੱਸ ਦਿੰਦਾ ਵਾ। 48 ਫਾਲਾ 4,05,000 ਰੁਪਏ ਦਾ, 54 ਫਾਲਾ 4,15 ਦੀ, 60 ਫਾਲਾ 4,25 ਦਾ, 66-4,35 ਦਾ, ਅਤੇ 72 ਫਾਲਾ 4,50,000 ਦਾ, 78 ਫਾਲਾ 4,65,000 ਰੁਪਏ ਦਾ। ਇਸ ਤੋਂ ਬਾਅਦ ਕੋਈ ਅਗਰ ਪੁੱਛੇਗਾ ਤਾਂ ਬਤਾ ਦੱਸਾਂਗੇ ਇਨਸ਼ਾਅੱਲਾ। ਠੀਕ ਹੈ। ਜ਼ਿਆਦਾਤਰ ਸਾਡੇ ਰੂਟਾਵੈਟਰ ਨੇ ਜੀ 85 ਮਗਰ, ਅਸੀਂ 66 ਦੇ ਉੱਤੇ ਬਣਾਉਂਦੇ ਹਾਂ। ਠੀਕ ਹੈ, 66 ਦੇ ਉੱਤੇ 72-78 ਆਰਾਮ ਨਾਲ ਈਜ਼ੀਲੀ ਚੱਲਦੇ ਇਨਸ਼ਾਅੱਲਾ। ਠੀਕ ਹੈ। ਕੱਲ ਜਿਹੜਾ ਰੂਟਾਵੈਟਰ ਗਿਆ ਤੁਹਾਡਾ, 240 ਮਗਰ 60 ਫਾਲਾ ਚਲਾਇਆ ਉਹਨਾਂ ਨੇ। ਅੱਛਾ, 240 ਮਗਰ ਬੁਲਾਇਆ ਜਾ ਕੇ ਉਹ ਰਾਸ਼ਦ ਸਾਹਿਬ ਵਾਲਾ। ਇਹ ਜੀ ਜਾ ਰਿਹਾ ਸਾਡਾ ਚੀਜ਼ਾਂ, ਦੇਖੋ 7 ਫਾਲਾ ਚੀਜ਼ਾਂ ਲਾ ਜੀ। ਅੱਛਾ ਜੀ, ਤੇ ਅਸੀਂ 1,95,000 ਰੁਪਏ ਦੇ ਰਹੇ, ਇਹ ਇਨਸ਼ਾਅੱਲਾ ਜਾ ਰਿਹਾ ਵਾ ਆਪਣਾ ਬਸੀਰਪੁਰ। ਅੱਛਾ ਜੀ, ਆਲੂ ਦੇ ਰਕਬੇ ਵਾਸਤੇ 7 ਫਾਲਾ ਜੀ। ਹਾਂਜੀ, 7 ਫਾਲਾ ਚੀਜ਼ਾਂ, 5 ਇੰਚ ਦਾ ਚੈਨਲ ਲੱਗਾ ਇਹਨੂੰ, 1.5 ਇੰਚ ਮੋਟਾ ਕੋਡ ਹੈ, ਬਾਕੀ ਇਹ ਜਿਹੜੇ ਪਲੇਟ 6 ਸੂਤਰ ਮੋਟੀ ਹੈ, ਇਹ ਜਿਹੜਾ ਅਸੀਂ ਐਂਗਲ ਨਹੀਂ ਲਾਉਂਦੇ ਇੱਥੇ, ਇਹਨੂੰ ਪੱਟੀ ਨੂੰ ਬੈਂਡ ਕਰਾ ਕੇ ਲਾਉਂਦੇ ਹਾਂ ਐਂਗਲ ਬਣਾ ਕੇ। ਠੀਕ ਹੈ, ਪਲੇਟ ਨੂੰ ਬਸ ਬਿਹਤਰੀਨ। ਅਤੇ ਕਿੰਨੇ ਪੈਸੇ ਹੁੰਦਾ ਬਾਈ ਇਹ? ਇਹ ਸਰ 1,95,000 ਰੁਪਏ ਦਾ ਅਸੀਂ ਦੇ ਰਹੇ ਹਾਂ 7 ਫਾਲਾ ਚੀਜ਼। ਅਤੇ 9 ਫਾਲੇ ਦਾ ਬਾਈ ਕੀ ਰੇਟ ਹੈ? 9 ਫਾਲਾ 2,35,000 ਰੁਪਏ ਦਾ ਸਰ। 2,35,000 ਅਤੇ 9 ਫਾਲਾ 85-75 ਵਾਸਤੇ, 260 ਟਰੈਕਟਰ ਵਾਸਤੇ। ਭਾਈ ਪਿਛਲੇ ਦਿਨ ਤੁਹਾਡਾ ਇੱਕ ਮਸ਼ੀਨ ਦਾ ਅਸੀਂ ਸੁਣ ਰਹੇ ਸੀ, ਕਟਿੰਗ ਮਸ਼ੀਨ ਦਾ, ਉਹ ਕੀ ਚੀਜ਼ ਹੈ? ਤਾਂ ਸਰ ਅਸੀਂ ਅਲਹਮਦੁਲਿਲਾ ਸਾਡੇ ਉਗਾੜੇ 'ਚ ਬਹੁਤ ਬੜੀ ਇੰਡਸਟਰੀ ਹੈ, ਉਗਾੜੇ ਦੇ ਵਿੱਚ ਅਸੀਂ ਪਹਿਲੀ ਇੰਡਸਟਰੀ ਹੈ, ਸੇਜਰ ਇੰਡਸਟਰੀ, ਜਿਹਨੇ CNC ਕਟਿੰਗ ਮਸ਼ੀਨ ਆਪਣੀ ਅਸੀਂ ਲੈ ਕੇ ਆਏ, ਸਿਰਫ ਆਪਣੇ ਕੰਮ ਵਾਸਤੇ, ਅਸੀਂ ਉਹ ਕਿਰਾਏ ਦੇ ਕੱਟਣ ਵਾਸਤੇ ਨਹੀਂ। ਉਹਦਾ ਬੈਨੀਫਿਟ ਸਾਨੂੰ ਇਹ ਹੈ ਕਿ ਐਕੂਰੇਸੀ ਆਏਗੀ ਸਾਡੇ ਕੰਮ ਦੇ ਵਿੱਚ, ਯਾਨੀ ਕਿ ਮਿਸਾਲ ਦੇ ਤੌਰ 'ਤੇ ਜਿਹੜੀ ਪਲੇਟਾਂ
ਰੂਟਾਵੇਟਰ ਦੀ ਸਾਈਡ ਪਲੇਟ ਨਾ, ਇਹਨੂੰ ਸਾਨੂੰ ਹੋਲਡ ਸਲਾਹ ਮਾਰਨ ਦੀ ਜ਼ਰੂਰਤ ਨਹੀਂ ਹੈ। ਹਰ ਸ਼ੈ ਬਿਲਕੁਲ ਰੈਡੀ ਮਿਲੇਗੀ, ਇੱਕ ਤੋਂ ਲੈ ਕੇ 1000 ਪੀਸ ਐਕੂਰੇਟ ਹੋਣਗੇ। ਉਹ ਇੱਕ ਜਿੱਦਤ ਵਾਸਤੇ, ਯਾਨੀ ਕਿ ਅੱਜ ਤੋਂ ਇੰਡੀਆ ਅੱਜ ਤੋਂ 10 ਸਾਲ ਪਹਿਲੇ ਇਹ ਚੀਜ਼ ਕਰ ਚੁੱਕੇ ਆ, ਅਸੀਂ ਹੁਣ ਪਹੁੰਚੇ, ਲੇਕਿਨ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਉਹਨਾਂ ਦਾ ਉਹ ਤੁਸੀਂ ਵਿਜ਼ਿਟ ਕਰਾਓ ਸਾਨੂੰ ਉਹ ਵੀ। ਸਰ ਮੈਂ ਇਨਸ਼ਾਅੱਲਾ ਤੁਹਾਨੂੰ ਵਿਜ਼ਿਟ ਕਰਨਾ ਵਾ। CNC ਮਸ਼ੀਨ ਹੈ ਸਾਡੀ, ਇਹ ਤਕਰੀਬਨ 1 ਮਿਲੀ ਤੋਂ ਲੈ ਕੇ 1.5 ਇੰਚ ਤੱਕ ਉਹ ਜਿਹੜੀ ਪੱਟੀਆਂ ਤੁਸੀਂ ਕਟਾਈ ਕਰ ਸਕਦੇ ਆਪਾਂ ਬੇਦ। ਠੀਕ ਹੋ ਗਿਆ ਜੀ ਦੋਸਤੋ, ਹੁਣ ਮੈਂ ਸਹੀ ਦਰੇ ਇੰਡਸਟਰੀ ਦੇ ਜਿੱਥੇ ਮਸ਼ੀਨ 'ਤੇ ਕਟਿੰਗ ਹੁੰਦੀ ਆ ਮੈਂ ਉੱਥੇ ਮੌਜੂਦ ਹਾਂ। ਮੇਰੇ ਨਾਲ ਭਾਈ ਸ਼ਵੇਜ਼ ਨੇ। ਸ਼ਵੇਜ਼ ਭਾਈ, ਇਹਦੇ ਬਾਰੇ ਦੱਸੋ ਸਾਨੂੰ ਕੁਛ। ਸਿੰਧੂ ਸਾਹਿਬ, ਹੈ ਨਾ, ਅਸੀਂ ਮਸ਼ੀਨ ਨਾ ਲਾਸਟ 1-2 ਮਹੀਨੇ ਹੋ ਗਏ ਨੇ, 1-1.5 ਮਹੀਨਾ ਹੋ ਗਿਆ ਅਸੀਂ ਇਹਨੂੰ ਨਾ ਲੈ ਕੇ ਆਏ ਹਾਂ, ਤਾਂ ਕਿ ਨਾ ਕੰਮ ਦੇ ਵਿੱਚ ਨਾ ਐਕੂਰੇਸੀ ਆਵੇ। ਸਹੀ ਹੈ। ਪਹਿਲੇ ਨਾ ਅਸੀਂ ਚੀਜ਼ਾਂ ਬਣਵਾਉਂਦੇ ਸੀ, ਜਿਸ ਤਰ੍ਹਾਂ ਹੁਣ ਟਾਪੇ ਬਣਦੇ ਪਏ ਨੇ, ਇਹ ਟਾਪੇ ਸਾਰੇ ਨਾ ਕੈਂਚੀ 'ਚ ਕਟਾਈ ਕਰਨੇ, ਉਹਨੂੰ ਕੋਈ ਪੀਸ ਬਾਹਰ ਚਲੇ ਜਾਣਾ, ਕੋਈ ਅੰਦਰ ਹੋ ਜਾਣਾ, ਮਤਲਬ ਉਹ ਤੱਕ ਵਾਜਾ ਨਹੀਂ, ਥੋੜ੍ਹਾ ਜਿਹਾ ਐਸਾ ਇੱਕ ਸਾਈਡ ਨੂੰ ਚਲੇ ਜਾਣਾ। ਉਹ ਫਿਰ ਅਸੀਂ ਕੀ ਕਿਹਾ ਸੀ ਕਿ ਯਾਰ ਇੱਕ ਤਾਂ ਨਾ ਮਸ਼ੀਨ ਆ ਜਾਏਗੀ, ਇੱਕ ਤਾਂ ਐਕੂਰੇਸੀ ਹੋ ਜਾਏਗੀ, ਉਸ ਤੋਂ ਬਾਅਦ ਪ੍ਰੋਡਕਸ਼ਨ 'ਚ ਇਜ਼ਾਫਾ ਹੋਏਗਾ। ਅਸੀਂ ਉਹਨੂੰ ਲੈ ਕੇ ਆਏ ਹਾਂ, ਇਹ ਅਸੀਂ ਲਾਸਟ ਮੰਥ ਗਏ ਹਾਂ ਲਾਹੌਰ ਜਾ ਕੇ ਨਾ ਕਰਵਾਈ ਹੈ ਸੈਨਫਿੰਗ ਕੰਪਨੀ ਦੀ। ਉਸ ਤੋਂ ਬਾਅਦ ਇਹਦੇ 'ਚ ਇਹ ਵਾ ਕਿ ਸਾਡੀ ਹੁਣ ਜਿਹੜੀ ਪ੍ਰੋਡਕਸ਼ਨ ਹੁੰਦੀ ਪਈ ਸੀ ਨਾ 4-5 ਦੀ ਮਸ਼ੀਨਾਂ ਰੋਜ਼ਾਨਾ, ਅਸੀਂ ਹੁਣ ਤਕਰੀਬਨ 6-7 ਕੱਢ ਸਕਦੇ ਇਹਦੇ ਨਾਲ। ਇਸ ਤੋਂ ਬਾਅਦ ਅਸੀਂ ਹੋਰ ਅਗਰ 1-2 ਮਸ਼ੀਨਾਂ ਲਿਆਈਏ ਤਾਂ ਜ਼ਿਆਦਾ ਹੋ ਸਕਦਾ ਕੰਮ। ਇਹਦੇ ਨਾਲ ਇਹ ਅਸੀਂ 20 mm ਤੱਕ ਇਹਨਾਂ ਦਾ ਕਟਾਈ ਕਰ ਸਕਦੇ। ਸਾਰੀ ਜਿੰਨੀ ਵੀ ਮਸ਼ੀਨ ਤੁਸੀਂ ਹੁਣ ਇਸ ਟਾਈਮ ਪਲੰਟਰ ਪਏ ਬਣਦੇ ਨੇ ਜੀ, ਪਲੰਟਰ ਜਿਹੜੇ ਨੇ ਇਹ ਸਾਰੇ ਇਸੇ ਤੇ ਕਟਿੰਗ ਹੋ ਰਹੇ ਨੇ? ਸਾਰਾ ਕੁਛ ਜੀ, ਬਾਕੀ ਦਰੀ ਉਤਾਰ ਦੀ ਵੀ ਕਟਿੰਗ, ਪਲੇਟਾਂ ਦੀ ਸਾਰਾ ਕੁਛ ਹੀ ਇੱਥੇ ਕਰਦੇ ਪਏ। ਕਿੰਨੇ ਤੋਂ ਕਿੰਨੇ ਤੱਕ ਦੀ ਪਲੇਟ ਨੂੰ ਕੱਟਦੀ ਹੈ? ਇਹ 18 ਗੇਜ ਤੋਂ ਲੈ ਕੇ ਨਾ 1 mm ਤੋਂ ਲੈ ਕੇ 20 mm ਤੱਕ ਕੱਟਦੀ ਹੈ। ਅਸੀਂ ਆਸਤਾ ਆਸਤਾ ਆਪਣੀ ਦੇਖਾਂਗੇ ਕਿ ਸਾਨੂੰ ਕੀ ਜ਼ਰੂਰਤ ਹੈ, ਅਗਰ ਜ਼ਰੂਰਤ ਪਈ ਤਾਂ ਅਸੀਂ ਇਹਦਾ ਹੈਡ ਵਗੈਰਾ ਚੇਂਜ ਕਰਵਾ ਕੇ ਇਹਨੂੰ ਅਸੀਂ 40 mm ਤੱਕ ਕਟਾ ਕੇ ਜਾਵਾਂਗੇ। ਗੁੱਡ ਹੋ ਗਿਆ। ਇਹ ਜਿਹੜੀ ਸਾਰੀ ਕਟਿੰਗ ਹੋਈ ਪਈ ਹੈ ਜੀ, ਇਹ ਸਾਰੀ ਕਟਿੰਗ ਹੁਣ ਦੇਖੋ ਤੁਸੀਂ, ਇੱਕ ਇੱਕ ਚੀਜ਼ ਹੈ ਨਾ, ਅਗਰ ਤੁਸੀਂ 100 ਪੀਸ ਹੀ ਫੜੋਗੇ ਨਾ ਸਾਰਿਆਂ ਦੀ, ਇੱਕ ਹੀ ਹੋਏਗੀ ਜਿੰਨੀ ਵੀ ਇਹ ਜਿਹੜੇ ਪੀਸ ਸਾਰੇ, ਯਾਨੀ ਇਸੇ ਤਰ੍ਹਾਂ ਇਹਨੂੰ ਡਿਜ਼ਾਈਨ ਦੇ ਕੇ ਮਸ਼ੀਨ ਇਹਨੂੰ ਡਿਜ਼ਾਈਨ ਦਿੱਤਾ ਅਸੀਂ ਕੰਪਿਊਟਰ ਤੇ, ਇਹਨੇ ਨਾ 100 ਪੀਸ ਐਵੇਂ ਕੱਢ ਦਿੱਤਾ। ਅੱਛਾ, ਇਹਨੂੰ ਅਗਰ 1000 ਪੀਸ ਵੀ ਕੱਢਾਂਗੇ ਇਹਨੇ ਐਸਾ ਹੀ ਕੱਢਣਾ ਵਾ। ਠੀਕ ਹੈ, ਇਹਨੇ ਜੇ ਇਹ ਨਹੀਂ ਹੋ ਸਕਦਾ ਕੋਈ ਅੱਗੇ ਪਿੱਛੇ ਕਰ ਦੇਵੇ ਕੋਈ ਸਾਈਜ਼ ਕੁਛ ਕੁਛ। ਸਹੀ, ਯਾਨੀ ਇਹ ਜਿਹੜੇ ਹੁਣ ਪੀਸ ਪਏ ਨੇ ਇਹ ਸਾਰੇ ਇਸੇ ਦੀ ਕਟਿੰਗ ਸਾਰੇ ਹੀ, ਇਹਨੇ ਜੇ ਹੁਣ ਅਸੀਂ ਆਪਣਾ ਮਾਰਕਾ ਵੀ ਦੇਤਾ ਸਾਈਜ਼ ਦਾ। ਹਾਂ, ਇਹ ਦੇਖੋ ਗੁੱਡ ਹੋ ਗਿਆ, ਸਹੀ ਦਾ ਮਾਰਕਾ ਦੇ ਦਿੱਤਾ, ਜੋ ਮਰਜ਼ੀ ਅਸੀਂ ਕੱਢ ਲਈਏ, ਲੇਕਿਨ ਇਹੀ ਆ ਕਿ ਐਕੂਰੇਸੀ ਆ ਗਈ ਇੱਕ ਚੀਜ਼ ਦੇ ਵਿੱਚ। ਹੁਣ 100 ਪੀਸ ਪਿਆ ਵਾ, 100 ਦਾ 100 ਇੱਕ ਇਹੀ ਹੋਏਗਾ ਬਿਲਕੁਲ। ਗੁੱਡ, ਯਾਨੀ ਇਹ ਪੂਰੀ ਮਸ਼ੀਨ ਦਾ ਅਲੱਗ ਅਲੱਗ ਪੀਸ ਹੁਣ ਇਹ ਕੱਟ ਕੇ ਦਿੱਤੀ ਜਾਂਦੀ ਬੰਦਿਆਂ, ਸਿਰਫ ਆਪਣਾ ਵੈਲਡਿੰਗ ਕਰਨੀ? ਐਸਾ ਹੀ ਹੈ, ਵੈਲਡਿੰਗ ਕਰਨੀ ਹੈ ਤੇ ਅੱਡੇ ਬਣੇ ਨੇ, ਵੈਲਡਿੰਗ ਹੋਈ ਜਾ ਰਹੀ ਹੈ ਤੇ ਜਾਈ ਜਾ ਰਿਹਾ ਕੰਮ। ਸਹੀ ਹੈ, ਇਹ ਅੱਡਿਆਂ ਦੇ ਉੱਤੇ ਕੱਸ ਕੇ ਤੁਸੀਂ ਵੈਲਡ ਕਰ? ਹਾਂਜੀ, ਪਹਿਲੇ ਇਹ ਕੰਮ ਹੁੰਦਾ ਸੀ ਤਕਰੀਬਨ 15-16 ਬੰਦਿਆਂ ਦਾ, 2-3 ਬਣਾਉਣੇ, ਹੁਣ 4 ਬੰਦੇ ਲੱਗੇ ਹੋਏ ਨੇ, ਇਹ ਸੁਬਾਹ ਸ਼ੁਰੂ ਹੁੰਦੇ ਨੇ, ਸ਼ਾਮ ਤੱਕ 8-9 ਢਾਬੇ ਬਣਾ ਕੇ ਫਾਰਗ ਹੋ ਜਾਂਦੇ। ਗੁੱਡ ਹੋ ਗਿਆ ਜੀ, ਇਹ ਦੇਖੋ ਜੀ ਮਸ਼ੀਨਰੀ ਨੇ ਬੰਦਿਆਂ ਦੇ ਕੰਮ ਕਿੰਨੇ ਆਸਾਨ ਕਰ ਦਿੱਤੇ। ਅਸੀਂ ਇਹ ਇੱਕ ਇਹ ਮਿਗ ਵੈਲਡਿੰਗ ਲੈ ਕੇ ਆਏ ਹਾਂ, ਅੱਛਾ, ਤਾਂ ਕਿ ਆਪਣੀ ਵੈਲਡਿੰਗ ਦੀ ਅਸੀਂ ਇਹਨਾਂ ਇਹ ਕੁਆਲਿਟੀ ਅੱਛੀ ਕਰੀਏ। ਅੱਛਾ, ਇਹਨਾਂ ਲਿਆ ਹੋਏਗਾ ਕਿ ਇਹਨੂੰ ਜਿਸ ਤਰ੍ਹਾਂ ਅਸੀਂ ਵੈਲਡਿੰਗ ਕਰਾਂਗੇ ਨਾ, ਇਹਦਾ ਟੋਚ ਨਹੀਂ ਟੁੱਟਦਾ ਅਤੇ ਨਾ ਇਹਦਾ ਗਰਾ ਹੁੰਦਾ, ਸਫਾਈ ਜ਼ਿਆਦਾ ਹੁੰਦੀ ਵੈਲਡਿੰਗ ਦੀ। ਗੁੱਡ ਹੋ ਗਿਆ। ਇਹ ਦੇਖੋ ਜੀ, ਜਸਾ ਫਿਰ ਪਲਾਂਟਰ ਬਣੇ ਪਏ ਨੇ ਸਾਡੇ, ਸਹੀ ਹੈ, ਨਾਲੇ ਫਿਰ ਕੰਮ ਹੋ ਰਿਹਾ ਵਾ, ਤੁਹਾਨੂੰ ਲਾਉਂਦੇ ਵੱਡੇ ਪਲਾਂਟਰ ਵੀ ਅਸੀਂ ਜਿਹੜੇ ਜਸਨਾ ਬਣਾਉਂਦੇ ਹਾਂ 4x4 ਟਰੈਕਟਰ ਵਾਸਤੇ, ਉਹ ਵੀ ਤੁਹਾਨੂੰ ਲਾਉਂਦੇ, ਬਾਕੀ ਰਿਪੇਅਰਿੰਗ ਵੀ ਅਸੀਂ ਕਰਦੇ ਹਾਂ ਨਾਲ ਨਾਲ, ਕਿਉਂਕਿ ਜਿਹੜੇ ਸਾਡੇ ਪਲਾਂਟਰ ਹੁੰਦੇ ਆ ਹੋਰ ਕਿਸੇ ਕੋਲ ਪਰੇ ਫਿਰ ਲੱਗਦੇ ਨਹੀਂ ਉਸ ਤਰ੍ਹਾਂ। ਜੇ ਤੁਸੀਂ ਦੇਖ ਸਕਦੇ ਹੋ ਪਿਛਲੇ ਸਾਲ ਸਾਡਾ ਤਕਰੀਬਨ 3-4 ਸਾਲ 4-5 ਸਾਲ ਪਹਿਲੇ ਦਾ ਪਲਾਂਟਰ ਹੈ, ਉਹਨੂੰ ਅਸੀਂ ਪਰੇ ਵਗੈਰਾ ਲਗਾ ਰਹੇ ਹਾਂ। ਸਹੀ ਹੈ, ਅਤੇ ਇਹ ਨਵਿਆਂ ਦੇ ਫਰੇਮ ਵਗੈਰਾ ਅਸੀਂ ਇੱਥੇ ਬੰਨਦੇ ਪਏ ਨੇ ਬੜੇ ਬੜੇ, ਬਾਕੀ ਇਹ ਪਲਾਂਟਰ ਸਾਡੇ ਤਿਆਰ ਪਏ ਨੇ ਜਿਹੜੇ ਕੱਲ੍ਹ ਰਾਤ ਨੂੰ ਤਿਆਰ ਹੋਏ ਨੇ, ਅਤੇ ਅੱਜ ਇਨਸ਼ਾਅੱਲਾ ਇਹਨਾਂ ਨੂੰ ਰੈਡੀ ਕਰਕੇ ਪੇਂਟ ਵਾਸਤੇ ਚਲੇ ਜਾਣਗੇ।
ਤੁਸੀਂ ਦੇਖ ਸਕਦੇ ਹੋ 4x4 ਟਰੈਕਟਰ ਵਾਸਤੇ ਸਭ ਤੋਂ ਜ਼ਬਰਦਸਤ ਵੱਡਾ ਪਲਾਂਡਰ, ਨਿਬੇੜਾ ਹੀ ਬਹੁਤ ਇਹਦਾ। ਜ਼ੈਨ ਭਾਈ ਆਪਣਾ ਕੋਈ ਇੰਡਸਟਰੀ ਦਾ ਨੰਬਰ ਸ਼ੇਅਰ ਕਰੋ ਦੋਸਤਾਂ ਨਾਲ। ਸਰ ਸਾਡਾ ਨੰਬਰ ਹੈ 0300-695-2720, 0300-695-2726 ਇਹ ਨੰਬਰ ਹੈ ਸਾਡਾ। ਬਾਕੀ ਟਿਕਟੋਕ ਅਕਾਊਂਟ 'ਤੇ ਤੁਸੀਂ ਸਰਚ ਕਰ ਸਕਦੇ ਹੋ ਸਹੀਦ ਐਗਰੀਕਲਚਰ ਇੰਡਸਟਰੀ ਹੈ, ਸਹੀਦ ਰੇ ਇੰਡਸਟਰੀ। ਅਤੇ ਯੂਟਿਊਬ 'ਤੇ ਵੀ ਇਨਸ਼ਾਅੱਲਾ ਉਹੀ ਚੀਜ਼ ਸਰਚ ਕਰੋਗੇ ਅਤੇ ਤੁਹਾਨੂੰ ਆ ਜਾਏਗਾ ਅੱਲਾ ਦੇ ਹੁਕਮ ਨਾਲ। ਜਨਾਬ ਬਹੁਤ ਸ਼ੁਕਰੀਆ ਜ਼ੈਨ ਭਾਈ, ਬਹੁਤ ਸ਼ੁਕਰੀਆ। ਥੈਂਕਸ ਫਾਰ ਵਾਚਿੰਗ ਟੈਕਟਰ ਜ਼ੋਨ ਜੀ।